ਜਿਵੇਂ ਹੁਣ ਕਰਨ ਔਜਲੇ ਨੇ ਬੋਲਿਆ ਉਹ ਨੌ ਵਰਗੇ ਵੀ ਨਹੀਂ ਹੈਗੇ ਉਹ ਸਮਝਦਾ ਨੌ ਵਰਗੇ ਵੀ ਨਹੀਂ ਓਕੇ ਪੜਾਕੇ ਪਾਉਣਾ ਮੈਂ ਹੌਲੀ ਹੌਲੀ ਦੇਖੀਦਾ ਸੀ तेन कोई परवाह नहीं तेरी राका मेरा भरा है ठीक है राके दे नाल मैं करन औजले मैं खड़ा है भाई देखो जी इंडस्ट्री दे विच ते इन्ना क ज्यादा गंद पाया वा ना गंद पाया उन्होंने जिहड़े बंदे बाहर कनेडा अमेरिका बैठे जिहड़े सिंगर इंद्रजीत निकू होया नछत्र गैल होया होर काफ़ी बड़े बड़े पत्नी किन्ने किन्ने किन्नियां नूं रोटी पाता बाई दी कलम ने बट उन्होंने आके कदे उन्होंने पूछा भी नहीं बाकी गल है भी हाथी नूं कोई परवाह नहीं होंदी कुत्ते जिन्ने मर्जी भौंकी जाए जिथे होंदी है पाबंदी उत्थे जट फैर करदा है ना ये गाने च ही कहिंदे है इत्थे आके तो देखो फाहे लै लै के मरी जांदे आ जट गाने दे विच तो कहिंदे कि मैं फैर कर दूँ ये कर दूँ वो कर दूँ पर ते फिर नाल अठ अठ दस दस बाउंसर कहदे वास्ते रखदे हुंदे सत श्री अकाल तुसीं देख रहे हो टीवी पंजाब ते मैं हां चमकौर सिंह लोपो तुहानूं पता है कि जिथे आपां हर एक खबर तुहाडे तक पहुंचाउने आ उत्थे अज संगीत नाल जुड़े हुई रूह जिन्हां दे गीत काफ़ी मशहूर होए ने क्योंकि जिहड़ी आ सर्दी की रुत्त आ इहदे विच पंजाबी कबड्डी कप कराउंदे ने कबड्डी जिहड़ी खेड है उहनूं पंजाबी मां खेड मानदे ने उहदे ते गीत आया ते बड़ा मकबूल होया जिहनूं बड़ा ही दर्शक प्यार दे रहे ने ते अज तुहानूं उस नौजवान दे नाल मिलावांगे जिहड़ा मोगे जिले दे पिंड पत्तो दा है कि ए ब्रीम ਜਿਹੜੇ ਕਿ ਕਲਾ ਦੇ ਨਾਲ ਉਹਨਾਂ ਨੇ ਆਪਣੀਆਂ ਧੁੰਮਾਂ ਪਾਈਆਂ ਨੇ ਲੋਕਾਂ ਦੇ ਵਿੱਚ ਨਾਂ ਹੈ ਚਰਚਾ ਦੇ ਵਿੱਚ ਹੈ ਸੋ ਕਈ ਗੱਲਾਂ ਹੈ ਉਹਨਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੋ ਕਿ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਮੇਰੀ ਨਹੀਂ ਸਾਰੀ ਦੁਨੀਆ ਦੀਆਂ ਖਬਰਾਂ ਲੋਕਾਂ ਤੱਕ ਪਹੁੰਚਾ ਦਿੰਦੇ ਹੋ ਬਹੁਤ ਬਹੁਤ ਸ਼ੁਕਰੀਆ ਜੇ ਦੇਖੀਏ ਪਹਿਲਾਂ ਤਾਂ ਜਿਹੜਾ ਨਾਂ ਹੈ ਜੀ ਪਿੰਡ ਤੁਹਾਡਾ ਪੱਤੋ ਆ ਪੇਂਡੂ ਖੇਤਰ ਦੇ ਨਾਲ ਜੁੜੇ ਹੋਏ ਆ ਚਾਹੇ ਤੁਹਾਨੂੰ ਪਿੰਡਾਂ ਦੇ ਵਿੱਚ ਤੁਹਾਡਾ ਨਾਂ ਅਜੇ ਕਰਕੇ ਕੁਝ ਜਾਣਦੇ ਨੇ ਇਹ ਬਰੀ ਪਹਿਲਾਂ ਨਾਂ ਤੋਂ ਬੜਾ ਦਰਸ਼ਕਾਂ ਨੂੰ ਲੱਗੂਗਾ ਵੀ ਜਦੋਂ ਕੋਈ ਗਾਇਕ ਬਣਦਾ ਆਮ ਪਿੰਡਾਂ 'ਚ ਉੜਦਾ ਨਾਂ ਬੜਾ ਚੇਂਜ ਕਰਦੇ ਨਾਂ ਕਿਉਂ ਬਦਲਦੇ ਨੇ ਇਹੋ ਜਿਹੇ ਨਾਂ ਕਿਉਂ ਰੱਖੇ ਜਾਂਦੇ ਨੇ ਪਹਿਲਾਂ ਇਹਦੇ ਬਾਰੇ ਦੱਸੋ ਥੋੜ੍ਹੇ ਐਕਚੁਅਲ 'ਚ ਗੱਲ ਇਹ ਹੈ ਜੀ ਕਿ ਮੇਰਾ ਨਾਮ ਪਹਿਲਾਂ ਅਜੇ ਪੱਤੋ ਸੀ ਕੰਪਨੀ ਨੇ ਬਾਊਂਡ ਕੀਤਾ ਸੀਗਾ ਮੈਨੂੰ ਕਿਸੇ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਸੋ ਉਸ ਕੰਪਨੀ ਨੇ ਡਿਸਕਸ ਕਰਕੇ ਕਹਿੰਦੇ ਵੀ ਅਜੇ ਨਾਮ ਸਾਨੂੰ ਸ਼ੂਟ ਨਹੀਂ ਕਰ ਰਿਹਾ ਕਿਉਂਕਿ ਸਿੰਗਿੰਗ ਲਾਈਨ ਦੇ ਵਿੱਚ ਅਜੇ ਨਾਮ ਸ਼ੂਟ ਨਹੀਂ ਕਰ ਰਿਹਾ ਵੈਸੇ ਤਾਂ ਹੈਗੇ ਅਜੇ ਖਾਨ ਵਰਗੇ ਹੈਗੇ ਆ ਮੇਰੇ ਬੈਸਟ ਫਰੈਂਡ ਆ ਉਹ ਬਟ ਉਹਨਾਂ ਨੇ ਫਿਰ ਚੇਂਜ ਕਰਤਾ ਉਹਨੇ ਅਜੇ ਤੋਂ ਇਹ ਰੱਖਤਾ ਜਿਹੜਾ ਬਰੀ ਵਰਡ ਆ ਬਰੀ ਵਰਡ ਆਈਸਲੈਂਡ ਦਾ ਵਰਡ ਆ ਇਹਦਾ ਅਜੀਬੋ ਗਰੀਬ ਲਾਈਕ ਜਿਵੇਂ ਜੋ ਕਿਸੇ ਦੇ ਨਾਲ ਨਾ ਮਿਲੇ ਅਜੀਬੋ ਗਰੀਬ ਲਾਈਕ ਅਜੈਬ ਅਜੀਬੋ ਗਰੀਬ ਹੈ ਇਹਦੀ ਮੀਨਿੰਗ ਬਰੀ ਦਾ ਮਤਲਬ ਸਭ ਤੋਂ ਅਲੱਗ ਤੁਸੀਂ ਕਿੰਨੇ ਕੁ ਗੀਤ ਹੁਣ ਤਾਂ ਗਾਏ ਆ ਪਹਿਲਾਂ ਗੀਤਾਂ ਬਾਰੇ ਦੱਸੋ ਵੀ ਕਿੰਨੇ ਕੁ ਗੀਤ ਤੁਹਾਡੇ ਮਾਰਕੀਟ ਵਿੱਚ ਆਏ ਜਿਹੜੇ ਹਿੱਟ ਹੋਏ ਜਾਂ ਹਜੇ ਜਿੰਨੀ ਮੁਹਾਰਤ ਤੁਸੀਂ ਖੱਟਣਾ ਚਾਹੁੰਦੇ ਉਹ ਮੁਕਾਮ ਤਾਂ ਅਜੇ ਨਹੀਂ ਪਹੁੰਚੇ ਕਿੰਨਾ ਕੁ ਲੋਕ ਤੁਹਾਡੇ ਪਿੰਡ ਦੇ ਜਾਂ ਹੋਰ ਸਹਿਯੋਗ ਦੇ ਰਹੇ ਨੇ ਕਿੰਨੇ ਕੁ ਗੀਤ ਆਏ ਇਹਦੇ ਬਾਰੇ ਜੇ ਗੱਲ ਪਿੰਡ ਦੀ ਕਰੀਏ ਤਾਂ ਜੀ ਪਿੰਡ ਦਾ ਕੋਈ ਮੈਂ ਤਾਂ ਕਹਿੰਦਾ ਨਹੀਂ ਗਿਆ ਕਿ ਕੋਈ ਬੱਚਾ ਵੀ ਰਹਿ ਗਿਆ ਹੋਊਗਾ ਜਿਨ੍ਹਾਂ ਨੇ ਮੇਰੀ ਸਪੋਰਟ ਨਹੀਂ ਕੀਤੀ ਕਿਉਂਕਿ ਜਦੋਂ ਪਿੰਡ ਨਹੀਂ ਆਪਣਾ ਘਰ ਹੀ ਆ ਉਹ ਜਦੋਂ ਘਰੋਂ ਸਪੋਰਟ ਹੋਵੇ ਨਾ ਤਾਂ ਫਿਰ ਬਾਹਰਲੇ ਤਾਂ ਆਪਣੇ ਆਪ ਹੀ ਸਪੋਰਟ ਕਰਦੇ ਆ ਤੋ ਬਾਕੀ ਗੱਲ ਜਿਹੜੀ ਰਹੀ ਗੀਤਾਂ ਦੀ ਗੀਤ ਮੇਰੇ ਘੱਟੋ ਘੱਟ 10-11 ਗੀਤ ਮੇਰੇ ਆ ਚੁੱਕੇ ਆ ਮਾਰਕੀਟ ਵਿੱਚ ਅਤੇ ਬਹੁਤ ਹੀ ਵਧੀਆ ਭਜਨ ਵੀ ਆ ਚੁੱਕੇ ਆ ਸ਼ੰਕਰ ਜੀ ਦਾ ਭਜਨ ਵੀ ਆਇਆ ਸੀਗਾ ਅਤੇ ਸੌਂਗ ਵੀ ਆਏ ਕਾਫੀ ਪੰਜਾਬੀ ਸੌਂਗ ਅਤੇ ਬਹੁਤ ਜ਼ਿਆਦਾ ਪਿਆਰ ਮਿਲਿਆ ਅਤੇ ਨੈਕਸਟ ਵੀ ਮੇਰੇ ਗੁਰਲੇਜ ਜੀ ਨਾਲ ਅਤੇ ਹਸਨ ਮਾਨਕ ਜੀ ਨਾਲ ਸਾਡਾ ਡਿਊਟ ਅਤੇ ਕਾਫੀ ਗਾਣੇ ਅੱਗੇ ਵੀ ਮੈਂ ਕਰ ਰਿਹਾ ਜੀ ਗੱਲ ਕਰੀਏ ਜੇ ਆਪਣੇ ਪਿੰਡਾਂ ਦੇ ਵਿੱਚ ਜਾਂ ਤਾਂ ਖੇਤੀਬਾੜੀ 'ਚ ਜੁੱਟ ਜਾਂਦੇ ਆ ਜਾਂ ਜ਼ਿਆਦਾ ਕਹਿੰਦੇ ਆ ਵੀ ਮੁੰਡੇ ਨੂੰ ਭਾਈ ਚਾਰ ਜਮਾਤਾਂ ਪੜ੍ਹਾਓ ਇਹ ਕੋਈ ਜੋਬ ਕਰੇ ਨੌਕਰੀ ਵੱਲ ਜਾਵੇ ਤੁਸੀਂ ਕੋਈ ਤੁਹਾਡੇ ਪਰਿਵਾਰ ਦੇ ਵਿੱਚੋਂ ਗਾਉਂਦਾ ਸੀ ਜਾਂ ਕਿ ਕੋਈ ਜਿਵੇਂ ਆਪਣੇ ਘਰਾਂ ਦੇ ਵਿੱਚ ਹੁੰਦਾ ਹੈ ਜਾਂ ਰਿਸ਼ਤੇਦਾਰੀ 'ਚ ਹੁੰਦਾ ਹੈ ਤੁਹਾਨੂੰ ਕਿਹਨੇ ਚਿੰਗ ਲਾਤੀ ਵੀ ਤੁਸੀਂ ਜਿਹੜੇ ਪਿੰਡਾਂ ਦੇ ਵਿੱਚ ਘੱਟ ਬਹੁਤ ਘੱਟ ਗਾਇਕ ਆ ਜੇ ਦੇਖੀਏ ਅਤੇ ਜਿਹੜਾ ਪੱਤੋ ਦਾ ਸ਼ੌਕੀਨ ਮੁੰਡਾ ਸੀ ਉਹ ਗਾਇਕੀ ਵੱਲ ਕਿਵੇਂ ਹੈ
ओके एक्चुअल गल ये है कि साढ़े घर या फिर साढ़े किसी खानदान साढ़े खानदान के कोई भी नहीं इस लाइन के असी ट्विंस ब्रदर हैं। एक ब्रदर मेरा न्यूजीलैंड है तो असी ट्विंस ब्रदर हैं वह भी इस लाइन के बट वो धार्मिक लाइन के मैं दूसरे पंजाबी गाण वाले पास हैं तो इस तो पहला मैं मेरे बहुत ही प्रिय उस्ताद जी गुरनाम गामा जी के मैं बहुत ज़्यादा आंदा जाता हूँ सगा उन्होंने प्रभावित होकर तो मैं मैं गाँव आता सगा राइटर तो मैं हैगा ही उन्होंने मैं सिखाया लिखना तो उस तो बाद गाँव मैं अपने आप शुरू किया हूँ मैं लिखता भी खुद हाँ गाँव भी खुद हाँ तो मेरा म्यूजिक भी अपना खुद का होंगे। जो गुरनाम गामे की गल करिए देखो होना बड़ा उन्होंने ना सी चढ़ाई सी तो गामा गामा पई होंगी पर आखिरी समय से जिमें उन्होंने गीत जिन्होंने लिख के दते सी बड़े बड़े कलाकार ने गाए तो उदो ए लगता सी भी अज इन्हों की कोई बाँह नहीं फटदा रोल तो उदो मन में ए प्रभावित नहीं होया भी यार रह दिए आप भी की लैना है कि गामे वाली ना हो गल होंगी तो इस तरह ही है। देखो जिमें इंद्रजीत निकू है मैं ना नाम ही लूँगा सीधा मैंने किसी का कोई दबदबा नहीं है कोई तुरे फिर अपने घर हो जो भी कुछ है इंद्रजीत निकू होया नछत्र गैल होया होर काफ़ी बड़े बड़े पता नहीं किन्न रोटी पाता बाई की कलम ने बट उन्होंने आके कदे उन्होंने पूछया भी नहीं कदे हुण भी नहीं पूछया उन्होंने कदे आके बच्चों चलो उस्ताद जी है नहीं गए बट उन्होंने हक तो बनता पुछण का आने का यह सारे मतलब ही है अपना मतलब कढ़िया तो साइड पर। जे गल करिए गायकी की जदों पिंडा में तो आम पता भी नहीं हुंदा जे कोई नवा मुंडा गाउन लगता है रियाज करता है उन्हूं मजाक बड़े हुंदे है जदों फिर तैनू नहीं समझाया भी काका तू पढ़ लिख जां कोई जॉब पली जा कोई काम कर ला होर कारोबार कर ला आ तू की करन लग गया क्योंकि गायकी नूं भावें बहुत मान सत्कार मिलता जिहड़े संगीत प्रेमी पर पिंडा दे विच आम कह दिंदे भी यार ये कोई किता नहीं ਤੁਹਾਨੂੰ ਨੇ ਇਹ ਕਿਹਾ ਲੋਕਾਂ ਨੇ ਵੀ ਯਾਰ ਇਹ ਕਿਹੜੇ ਪਾਸੇ ਤੂੰ ਚੱਲ ਗਿਆ। देखो जी कहा तो बहुत मैं पहला भी तुम्हें गल दस के हटिया कि जदों घरों सपोर्ट हो तो सारा कुछ ही हल हो जाता है कहने तो बथेरे कहें जाता जी हंसराज साहब जाता गुरदास मान है जो बंदा अपने मुकाम से पहुँच जाता अपनी मंजिल से पहुँच जाता उदों कहें कि वाकई गल है तो मतलब गुआढ़ी साढ़े पिंड मुंडा फिर मान कर बाकी गल है भी हाथी को कोई परवाह नहीं होंगी कुत्ते जिन्हें मर्जी भौंकी जाए हले भी भौंक रहे हैं तो अगे भी भौंकणगे बहुत ज़्यादा अपनी एक जे देखिए कई तरह दियां गल्लां हुंदियां जिवें हुण पिछे जे लाइव पाया सी करन औजले ने ते राके नूं ने जिहड़ा मुंडा कोई नवां गाउण लगा कहा कहिंदा वी पैर दे गूठे वर्गे कि नहुं दे बराबर नहीं तुसीं किवें देखदे हो जिहड़े वड्डे गायक आ उहनां नूं सपोर्ट करनी चाहीदी आ ना कि कोई जात पात च वड़ना चाहीदा ते ना कि किसे नूं उहनूं हौसला देना चाहीदा चक्कना चाहीदा मदद करनी चाहीदी इंडस्ट्री च है भी जे कोई आम घर का मुंडा गाउन लग जाता है कोई चार सुर लाता है उन्हों ता चक्कन की बजाए उन्हों नपते ने उदे ते गलत कमेंट कर दे। देखो जी इंडस्ट्री दे विच तां इन्ना क ज़्यादा गंद पाया वा ना गंद पाया उन्होंने जिहड़े बंदे बाहर कनेडा अमेरिका बैठे जिहड़े सिंगर जिहड़े साढ़े पंजाब दा ही खा रहे हैं कमाई उन्होंने दे रहे हैं ठीक है जी जिम्मे हम करन औजले ने बोलिया मैं सीधा ही मैं डायरैक्टली बोल रहा कोई माड़ी मोटी चीज़ है उन्होंने बोलिया कि मेरे तू नौ वर्गा भी नहीं है पर राका मेरा भरा है ठीक है राके दे नाल मैं करन औजले मैं खड़ा है भाई तो हमेशा खड़ा रहूँगा मिलना होया आप तेरे वगू लुक लुक के नहीं रेंदे ना ही कोई बौंसर बुंसर हों मेरे तुम भी आए देखा ना मैनू तुम कला ही हूं मैं ठीक है तो जो मर्जी जिथे मर्जी ठीक है तू देख सकता नो प्रॉब्लम डजंट मैटर आपां नूं कोई परवाह नहीं तेरी तकड़ा होएगा आपदे घरे होएगा साढ़े याद नहीं इहदे सिद्धी गल जे जे गल करदे आ भी तुहानूं की लगदा भी ओह राका है जिहड़ा ओह आम घरां दा मुंडा तां कहता होर बथेरे कलाकार उन्हां नूं क्यों नहीं राके नूं क्यों निशानी ते लिया राके नूं क्योंकि ओह आम घरां दा क्योंकि इंडस्ट्री एक बहुत वड्डी लाइन है जी विच लाइन तुरी जांदी है हज़ार बंदे दी हर इंसान कहिंदा कि सब तो मूहरे मैं निकल जा क्योंकि लाइन बहुत लगी लंबी है तो अगे जाना बहुत मुश्किल है हरेक बंदा जिहड़ा जिहड़ा थोड़ा जिहा नाम चलता उहनूं थले सिट्टन दी करदे है जिवें अपने बॉलीवुड दे विच सुशांत जी ने कीता ही अपना आत्महत्या उस तरह ही है बंदे नूं इंप्रैस ही मैंटली तौर पर कर देंदे है। कलाकारां दे विचों किहड़ा मन नूं चंगा लगदा है यार गाउंदा भी वधिया है कला गाउण तक नहीं एक बंदा दिल का भी वधिया होवे लोड़वंदां दी मदद भी करता होवे किसी की बाँह भी फड़दा होवे ते जिहड़े लेखक है जिहड़े लिखते ने राइटर चाहे नवयां चो चाहे पुराणियां चो सारियां चो जिन्ने तुहानूं किहड़ा लगदा भी आ वधिया लिखदा परिवारक भी होवे ते चंगा भी होवे सेहत देण वाला भी होवे
ਜਾਂ ਜਿਹੜਾ ਲੋਕਾਂ ਦੇ ਦਿਲਾਂ 'ਤੇ, ਕਿਵੇਂ ਲੱਗਦਾ ਗਾਇਕ ਕਿਹੜਾ ਚੰਗਾ ਲੱਗਦਾ ਅਤੇ ਰਾਈਟਰ ਕਿਹੜਾ? ਦੇਖੋ ਜੀ, ਰਾਈਟਰ ਬਾਰੇ ਕਹੀਏ ਤਾਂ ਰਾਈਟਰ ਤਾਂ ਮੇਰੇ ਉਸਤਾਦ ਤੋਂ ਉੱਪਰ ਤਾਂ ਕੋਈ ਦੁਨੀਆਂ ਵਿੱਚ ਨਾ ਹੀ ਜੰਮਿਆ ਅਤੇ ਨਾ ਹੀ ਜੰਮਣਾ ਕਿਸੇ ਨੇ, ਸ਼ਹਿਬਾਜ਼ ਜੀ ਅਤੇ ਗੁਰਨਾਮ ਗਾਮਾ ਜੀ, ਉਸ ਤੋਂ ਉੱਪਰ ਕੱਖ ਵੀ ਨਹੀਂ ਹੈ। ਜਿੰਨਾ ਕੋਈ ਮਰਜ਼ੀ ਵੱਡਾ ਬਣਿਆ ਫਿਰੇ, ਜਿੰਨਾ ਮਰਜ਼ੀ ਕੋਈ ਕਹੇ ਕਿ ਮੈਂ ਸ਼ਾਇਰ ਬਹੁਤ ਵੱਡਾ ਹੈ, ਬਥੇਰੇ ਫਿਰਦੇ ਇੱਥੇ ਰਾਈਟਰ ਤੁਰੇ ਫਿਰਦੇ ਆ, ਤੂੰ ਮੋਟਰ 'ਤੇ ਆ ਜੀ ਮੈਂ ਤੇਰੇ ਕੱਪੜੇ ਧੋ ਦੂੰ, ਤੂੰ ਸੁੱਕਣੇ ਪਾ ਦੀਏ, ਗੱਲਾਂ ਥੋੜ੍ਹੀ ਹੈ। ਗੱਲਾਂ ਤਾਂ ਉਹਨਾਂ ਨੇ ਲਿਖੀਆਂ ਜਿਹੜੀਆਂ ਲਿਖੀਆਂ, ਉਹਨਾਂ ਦੇ ਗਾਣੇ ਸੁਣ ਕੇ ਦੇਖੋ ਬਹੁਤ ਘੈਂਟ ਗਾਣੇ ਆ, ਅਤੇ ਰਾਈਟਰ ਉਹ ਆ ਅਤੇ ਸਿੰਗਰ ਮੈਂ ਤਾਂ ਨਹੀਂ ਚਾਹੁੰਦਾ ਕੋਈ ਸਿੰਗਰ ਹੈਗਾ ਜੀ, ਮੈਂ ਖੁਦ ਨਹੀਂ। ਤੁਸੀਂ ਗੀਤ, ਤੁਸੀਂ ਗੀਤ ਗਾਉਂਦੇ ਹੋ, ਕਬੱਡੀ 'ਤੇ ਵੀ ਗਾਇਆ, ਭਜਨ ਵੀ ਗਾਇਆ, ਹੋਰ ਵੀ। ਹੁਣ ਜਿਹੜੇ ਕਹਿੰਦੇ ਗੀਤ ਕੱਢਦੇ ਆ, ਲੋਕ ਸੋਸ਼ਲ ਮੀਡੀਆ 'ਤੇ ਪਾ ਰਹੇ ਨੇ, ਪਹਿਲਾਂ ਤਾਂ ਹਥਿਆਰਾਂ ਨੂੰ ਬਹੁਤ ਪ੍ਰਮੋਟ ਕਰਤਾ, ਹਥਿਆਰ ਨੂੰ ਆਏ ਕਰਨ ਲੱਗ ਗਏ ਵੀ ਜਿੱਥੇ ਹੁੰਦਾ ਇਹ ਪਾਬੰਦੀ ਉੱਥੇ ਜਾ ਕੇ ਜੱਟ ਫਾਇਰ ਕਰਦਾ, ਇਹਨਾਂ ਨੇ ਬਹੁਤ ਆਏ। ਤੁਹਾਨੂੰ ਲੱਗਦਾ ਕਿ ਹਥਿਆਰਾਂ ਵਾਲੇ ਜਾਂ ਆਸ਼ਕੀ ਤੋਂ ਬਿਨਾਂ ਗੀਤ ਚੱਲਦੇ ਨਹੀਂ, ਲੋਕ ਦੇਖਦੇ ਨਹੀਂ, ਕਾਰਨ ਕੀ? ਗੱਲ ਪਤਾ ਕੀ ਹੈ, ਗਾਣੇ ਹਰ ਤਰ੍ਹਾਂ ਦੇ ਚੱਲਦੇ ਆ। ਮੈਂ ਬੜੇ ਅਦਬ ਸਤਿਕਾਰ ਦੇ ਨਾਲ ਕਹਿੰਦਾ ਸਤਿੰਦਰ ਸਰਤਾਜ ਜੀ, ਉਹਨਾਂ ਦੇ ਕਿਤੇ ਗਾਣੇ ਨਹੀਂ ਚੱਲਦੇ, ਕਦੇ ਉਹਨਾਂ ਨੇ ਤਾਂ ਰਫਲ ਦਾ ਨਾਮ ਹੀ ਨਹੀਂ ਲਿਆ। ਹੁਣ ਗਾਣਾ ਆਇਆ ਸੀ ਕਹਿੰਦੇ ਜੀ ਜਿੱਥੇ ਹੁੰਦੀ ਹੈ ਪਾਬੰਦੀ ਉੱਥੇ ਜੱਟ ਫੈਰ ਕਰਦਾ, ਹੈ ਨਾ, ਇਹ ਗਾਣਿਆਂ 'ਚ ਹੀ ਕਹਿੰਦੇ ਆ। ਇੱਥੇ ਆ ਕੇ ਤਾਂ ਦੇਖੋ ਫਾਹੇ ਲੈ ਲੈ ਕੇ ਮਰੀ ਜਾਂਦੇ ਆ ਜੱਟ, ਇੰਨਾ ਬੁਰਾ ਹਾਲ ਆ ਵਿਚਾਰਿਆਂ ਦਾ। ਨਹੀਂ ਜਿਹੜੀ ਸੱਚੀ ਗੱਲ ਹੈ, ਉੱਧਰੋਂ ਤਾਂ ਕੁੜੀ ਦਾ ਵਿਆਹ ਧਰਿਆ ਹੁੰਦਾ, ਉੱਧਰੋਂ ਮੁੰਡੇ ਵਾਲੇ ਪਤਾ ਨਹੀਂ ਕੀ ਮੰਗਦੇ ਕੀ ਨਹੀਂ ਮੰਗਦੇ, ਪਰ ਗੱਲ ਇਹ ਹੈ ਕਿ ਹਕੀਕਤ ਆ ਜਿਹੜੀ ਸੱਚਾਈ ਹੈ, ਸੱਚਾਈ ਇਹ ਹੈ ਕਿ ਜੱਟ ਸਿਰਫ ਕਿਸਾਨ ਹੈ। ਮਤਲਬ ਕਹਿਣ ਦਾ ਇਹ ਹੈ ਕਿ ਜੱਟ ਆ ਜਿਹੜੀ ਗੱਲਬਾਤ ਜਿਹੜੀ ਕਹਿੰਦੇ ਜੱਟ ਫੈਰ ਕਰਦਾ, ਇਹ ਕਰਦਾ, ਵੋ ਕਰਦਾ, ਆਹ ਚੀਜ਼ਾਂ ਜੱਟ ਨਹੀਂ ਕਰਦੇ, ਉਹ ਮਿਹਨਤ ਕਰਦੇ ਆ, ਆਪਦੀ ਕਮਾਈ ਕਰਦੇ, ਦੈਟਸ ਆਲ। ਇਹ ਗਾਣਿਆਂ ਵਿੱਚ ਇੱਕ ਸਿਰਫ ਗੱਲਾਂ ਏ, ਜਿਹੜਾ ਉਹ ਗੀਤਾਂ ਤੋਂ ਹੀ ਦੇਖਦਾ ਹੈ ਕਿਤੇ ਹੋਰ ਰਹਿੰਦਾ, ਉਹਨੇ ਗੀਤ ਹੀ ਸੁਣ ਲਿਆ, ਉਹ ਕਿਰਦਾਰ ਦੇਖੂਗਾ ਵੀ ਯਾਰ ਜੱਟ ਤਾਂ ਫੈਰ ਕਰਦੇ ਆ, ਰੇਸਾਂ ਦਿੰਦੇ ਆ, ਐਂ ਕਰਦੇ। ਜੇ ਤੁਸੀਂ ਪਿੰਡਾਂ 'ਚ ਰਹਿੰਦੇ ਹੋ, ਤੁਹਾਨੂੰ ਪਤਾ ਵੀ ਅਸਲੀ ਜਿਹੜਾ ਯਾਰ ਕਿਸਾਨ ਕਰਦਾ, ਕਿਰਤ ਕਰਦਾ, ਉਹਦੀ ਤਾਂ ਪਰਿਭਾਸ਼ਾ ਹੀ ਬਦਲਤੀ ਗੀਤ। ਬਿਲਕੁਲ ਬਿਲਕੁਲ ਬਿਲਕੁਲ, ਉਹ ਤਾਂ ਪਰਿਭਾਸ਼ਾ ਹੀ ਬਦਲਤੀ, ਖਤਮ ਕਰਤੀ। ਜਿਹੜੀ ਗੱਲ ਆ ਅਸਲ ਵਿੱਚ, ਅਸਲ ਤਾਂ ਗੱਲ ਇਹ ਹੈ ਕਿ ਜੋ ਗਾਣਿਆਂ ਦੇ ਵਿੱਚ ਆ ਨਾ, ਜੱਟ ਨੂੰ ਪ੍ਰਮੋਟ ਕੀਤਾ, ਉਹ ਗਾਣਿਆਂ ਵਿੱਚ ਹੀ ਹੈ। ਹਕੀਕਤ ਦੇ ਵਿੱਚ ਤਾਂ ਉਹ ਮਿਹਨਤ ਕਰਦੇ ਆ, ਮਜ਼ਦੂਰ ਅਤੇ ਜ਼ਿਮੀਂਦਾਰ ਇੱਕ ਹੀ ਹੈ ਗੱਲਬਾਤ, ਕੋਈ ਇਹ ਵੱਖਰੀ ਗੱਲ ਨਹੀਂ ਹੈ, ਠੀਕ ਹੈ, ਜੇ ਸੋਚਿਆ ਜਾਵੇ ਤਾਂ। ਅਤੇ ਜੇ ਆਪਾਂ ਨੈਗੇਟਿਵ ਸੋਚਣਾ ਸੋਚਾਂਗੇ ਤਾਂ ਉਹ ਤਾਂ ਜਿਹੜੇ ਪਾਸੇ ਮਰਜ਼ੀ ਜਾਂਦੇ। ਗਾਇਕਾਂ ਨੂੰ ਪੁੱਛਦੇ ਹਾਂ, ਅਸਲੇ ਦੇ ਗੀਤਾਂ ਦੇ ਉੱਤੇ ਜਾਂ ਤਸਵੀਰਾਂ ਉੱਤੇ ਪਾਬੰਦੀ ਲਾਈ ਸੀ ਸਰਕਾਰ ਨੇ, ਉਹਨਾਂ ਨੇ ਫੇਸਬੁੱਕਾਂ ਤੋਂ ਆਪਦੇ ਅਕਾਊਂਟਾਂ ਤੋਂ ਡਿਲੀਟ ਵੀ ਕੀਤੇ ਆ, ਪੋਸਟਰ ਬਦਲੇ ਆ ਗੀਤਾਂ ਦੇ। ਹੁਣ ਕਹਿੰਦੇ ਵੀ ਜਿਹੜੇ ਗੀਤ ਜੀ ਚੱਲਦੇ ਨਹੀਂ, ਕਹਿੰਦੇ ਜੇ ਹਥਿਆਰ ਦਾ ਨਾ ਆਵੇ ਦੋ ਚੋਂ ਦੇ ਮੂੰਹ, ਜਾਂ ਪਿੱਗ ਦੀ ਗੱਲ ਨਾ ਹੋਵੇ, ਨਸ਼ੇ ਨੂੰ ਪ੍ਰਮੋਟ ਆ ਚਾਹੇ ਕੋਈ ਆ, ਹੁਣ ਤਾਂ ਕੁੜੀਆਂ ਵੀ ਕਹਿਣ ਲੱਗ ਗਈਆਂ ਵੀ ਮੈਂ ਨਾਗਣੀ ਖਾਣੀ ਆ, ਦਾਰੂ ਨਾ ਪੀਂਦਾ, ਚਿੱਟਾ ਨਾ ਲਾਉਂਦਾ ਹੋਵੇ, ਜੇ ਪਿੱਗ ਲਾਉਂਦਾ ਜਾਂ ਹੋਰ ਕੁਛ ਖਾਂਦਾ ਉਹ ਚੱਲ ਜੂਗਾ। ਤੁਸੀਂ ਕਿਵੇਂ ਦੇਖਦੇ ਵੀ ਬਾਕੀ ਇਹਨਾਂ ਤੋਂ ਬਿਨਾਂ ਗੀਤ ਚੱਲਦੇ ਨਹੀਂ, ਕਿ ਚੱਲਣਗੇ, ਜਾਂ ਉਹਨਾਂ ਦਾ ਮਾਨਸਿਕਤਾ ਇਹ ਬਣੀ ਆ ਵੀ ਇਦੋਂ ਬਿਨਾਂ ਚੱਲਣਾ? ਇਹ ਤਾਂ ਡਿਪੈਂਡ ਆਫ ਪਬਲਿਕ 'ਤੇ ਕਰਦਾ ਜੀ। ਦੇਖੋ ਪਬਲਿਕ ਪਸੰਦ ਹੀ ਉਹੋ ਜਿਹੇ ਗਾਣਿਆਂ ਨੂੰ ਕਰਦੀ ਹੈ। ਪਬਲਿਕ ਤੁਸੀਂ ਗਾਣਾ ਕਰ ਦਿਓ, ਭੈਣ ਭਰਾ ਵਾਲਾ ਗਾਣਾ ਕਰ ਦਿਓ, ਜਾਂ ਫਿਰ ਕੋਈ ਆਪਾਂ ਹੋਰ ਕੋਈ ਗਾਣਾ ਕਰ ਦਿਓ ਜਿਹੜਾ ਸਾਹਿਤਕ ਗਾਣਾ ਹੋਵੇ, ਜਿਹੜਾ ਜਿਸ ਗਾਣੇ ਨਾਲ ਸਿਹਤ ਮਿਲੇ ਆ ਨਿਊ ਜਨਰੇਸ਼ਨ ਨੂੰ, ਉਹ ਤੁਹਾਡਾ ਗਾਣਾ ਹਿੱਟ ਨਹੀਂ ਹੋਣਾ। ਜੇ ਤੁਸੀਂ ਕਰ ਦਿਓਗੇ ਲੱਚਰ, ਜਾਂ ਪੂਰਾ ਵਿੱਚ ਵੀਡੀਓ ਦੇ ਵਿੱਚ ਵੀ ਲੱਚਰਤਾ ਫੈਲਾ ਦਿਓਗੇ, ਤੁਹਾਡਾ ਗਾਣਾ ਹਿੱਟ ਹੋ ਜਾਣਾ। ਭਾਵ ਕਹਿਣ ਤੋਂ ਇਹਦੇ ਵਿੱਚ ਦੋਸ਼ੀ ਪਬਲਿਕ ਵੀ ਆਪਾਂ ਕਹਿ ਸਕਦੇ ਹਾਂ, ਅਤੇ ਸਭ ਤੋਂ ਵੱਡੇ ਦੋਸ਼ੀ ਤਾਂ ਉਹ ਆ ਜਿਹੜੇ ਗਾਣਾ ਲੈ ਕੇ ਵਧੀਆ ਗਾਉਣ ਅਤੇ ਵਧੀਆ ਵੀ ਪਸੰਦ ਕਰਨਗੇ। ਆਖਰ 'ਤੇ ਜਿਹੜੇ ਆਪਾਂ ਨੂੰ ਦਰਸ਼ਕ ਦੇਖ ਰਹੇ ਨੇ, ਕੀ ਕਹਿਣਾ ਚਾਹੁੰਦੇ ਹੋ, ਕੋਈ ਵੀ ਮਨ ਦੇ ਵਿੱਚ ਆ ਤੁਹਾਡੇ, ਫਿਰ ਵੀ ਆਪਾਂ ਸਮੇਂ ਸਮੇਂ 'ਤੇ ਗੱਲਬਾਤ ਕਰਦੇ ਰਹਾਂਗੇ, ਕੀ ਮਨ ਦੇ ਵਿੱਚ ਆ ਕੋਈ ਵੀ ਗੱਲ ਆ ਜਿਹੜੀ ਤੁਹਾਨੂੰ ਲੱਗਦਾ ਵੀ ਅਸੀਂ ਦਰਸ਼ਕਾਂ ਨਾਲ ਸਾਂਝੀ ਕਰੀਏ, ਆਹ ਗੱਲ ਦੱਸੀਏ? ਜਿਵੇਂ ਤੁਸੀਂ ਕਹਿਤਾ ਹੁਣ ਕਰਨ ਔਜਲੇ ਨੇ ਬੋਲਿਆ, ਤੁਹਾਨੂੰ ਲੱਗਦਾ ਨਹੀਂ ਇਹ ਥੋੜ੍ਹੇ ਜਿਹੇ ਚਿਰ ਮਗਰੋਂ ਕੁਝ ਗਾਇਕ ਆ ਜਿਹੜੇ ਬਿਆਨ ਦੇ ਦਿੰਦੇ ਇਹੋ ਜਿਹੇ ਕਿ ਜਿਹਦੇ ਨਾਲ ਉਹ ਚਰਚਾ 'ਚ ਰਹਿੰਦੇ ਆ? ਇਹਨਾਂ ਨੇ ਕਰਨਾ, ਜਿਵੇਂ ਤੁਸੀਂ ਕਹਿੰਦੇ ਉੱਥੇ ਬੈਠੇ ਆ, ਕਨੇਡਾ ਦੇ ਵਿੱਚ ਕੋਈ ਬੈਠਾ, ਕੋਈ USA 'ਚ ਬੈਠਾ, ਕੋਈ UK 'ਚ ਬੈਠਾ, ਕੋਈ ਆਸਟ੍ਰੇਲੀਆ 'ਚ ਬੈਠਾ, ਬਿਆਨ ਦੇ ਦਿੰਦਾ ਤਾਂ ਕਿ ਮੈਂ ਚਰਚਾ ਦੇ ਵਿੱਚ ਰਵਾਂ। ਤੁਹਾਨੂੰ ਲੱਗਦਾ ਕੋਈ ਗਾਇਕ ਆ ਵੀ ਉਹਨੇ ਆ ਕੇ ਫਾਇਰ ਕੀਤੇ ਹੋਣਗੇ, ਬੰਦਾ ਮਾਰ ਦੂ ਜਾਂ ਕਿਹਨੂੰ ਕੁੱਟਿਆ ਹੋਵੇ, ਨਾਲ ਤਾਂ ਇਹ ਡਰਦੇ ਦੋ ਦੋ ਤਿੰਨ ਤਿੰਨ ਬਾਊਸਰ ਅਤੇ ਗੰਨ ਮੈਂ ਰੱਖਦੇ? ਸਹੀ ਗੱਲ ਹੈ, ਤੁਹਾਡੀ ਗੱਲ ਬਹੁਤ ਵਧੀਆ ਲੱਗੀ ਮੈਨੂੰ। ਗਾਣਿਆਂ ਦੇ ਵਿੱਚ ਤਾਂ ਕਹਿੰਦੇ ਕਿ ਮੈਂ ਫਾਇਰ ਕਰ ਦੂੰ, ਇਹ ਕਰ ਦੂੰ, ਵੋ ਕਰ ਦੂੰ, ਪਰ ਤਾਂ ਫਿਰ ਨਾਲ ਅੱਠ ਅੱਠ ਦਸ ਦਸ ਬਾਊਂਸਰ ਕਾਹਦੇ ਵਾਸਤੇ ਰੱਖਦੇ ਹੁੰਦੇ? ਠੀਕ ਹੈ, ਬਹੁਤ ਸੋਹਣੀ ਲੱਗੀ ਤੁਹਾਡੀ ਗੱਲ ਵੀ ਮੈਨੂੰ ਇਹ। ਸੋ ਮੈਂ ਤਾਂ ਪਬਲਿਕ ਨੂੰ, ਜਿੰਨੇ ਵੀ ਮੇਰੇ ਭਰਾ ਮੈਨੂੰ ਪਿਆਰ ਕਰਦੇ ਆ, ਠੀਕ ਹੈ, ਮੈਂ ਤਾਂ ਉਹਨਾਂ ਨੂੰ ਇਹੀ ਗੱਲ ਕਹੂੰਗਾ ਕਿ ਦੋਸਤੋ ਵਧੀਆ ਸੁਣਿਆ ਕਰੋ, ਚੰਗਾ ਸੁਣਿਆ ਕਰੋ, ਅਤੇ ਜਿਹੜੀਆਂ ਇਹ ਗੱਲਾਂ ਬਾਤਾਂ ਠੀਕ, ਅਤੇ ਇੱਕ ਮੈਂ ਸਪੈਸ਼ਲੀ ਕਰਨ ਔਜਲੇ ਨੂੰ ਕਹੂੰਗਾ, ਦੇਖ ਮਿੱਤਰਾ ਤੂੰ ਜੋ ਵੀ ਕੁਛ ਹੈ
पर जो तू रके बारे बोलेगा गलत तो बोलना सानू भी आता है, बट असी माड़ी मोटी दुखी तिखी के नाल गल करके खुश नहीं है, अंडरस्टैंड। तो नैक्सट टाइम कोई गलत फलत नहीं बोलना, दैट्स ऑल। सत श्रीकाल, जिंदा रहे, रब लंबी उम्र करे तेरी। सो दर्शको, ये साढ़े तो क्योंकि हल्के अजय करके जानते हैं पत्तो, क्योंकि पत्तो पिंड बड़ा मशहूर है उत्थों के, चाहे लेखक देख लीए बब्बी पत्तो कबड्डी के उत्ते बहुत सोहना लिखता। इन्होंने गीत दे विच भी कई जिहड़े बंदे सी जिन्होंने कबड्डी नाल बड़ा प्रेम किया, चाहे शराबी पत्तो वाला, उन्हों का जिक्र भी किया। जो तुसी इन्हों का गीत सुनोगे, तुसी रिसर्च मारोगे, इन्हों के गीत निकलगे, तो फिर पता लगेगा कि किहे जाए गाउंदे ने, किन्ना क दम रखते ने। साडा मकसद यह भी हुंदा है कि जिहड़े नवे नौजवान उड़दे आ उन्हां नूं दर्शकां दे रूबरू करिए, उन्हां नूं भी प्रमोट करिए, क्योंकि जिहड़े कुछ लोग ने अजिहे जिहड़े बयान दे दिंदे ने तत्ते तत्ते बयान, चाहे सियासत की गल करिए, चाहे गायकी की गल करिए, हर खेत्र दे विच ने कुछ आगू इहो जिहे हुंदे ने कि वह गर्म बयान दे देंगे ताकि वह चर्चा के रहन, लोग उद्दे कमेंट करते रहते हैं। सो अजिहा भी नहीं होना चाहिए कि किसी को अपन नीवा दिखा के वो उत्ते कोई कमेंट करिए। सो अगे तुहानू पल पल की जानकारी देंदे रहेंगे, बने रहो। कैमरा परसन बिट्टू के नाल मैं चमकौर सिंह लोपो, मोगा।